ਨੇ ਅਸੀਂ ਜਦੋਂ ਬੀਜਾ ਉਹਨਾਂ ਨੇ ਕਿਹਾ ਯਾਰ ਇਹਨੂੰ ਤਾਂ ਮੁੰਜਰੇ ਨਹੀਂ ਲੱਗਣੀਆਂ ਉਹਨਾਂ ਦੀ ਇਹ ਸੋਚ ਵੀ ਸੀ ਜਿਹੜੀ ਝਾੜ ਵਾਲੀ ਗੱਲ ਹੈ ਨਾ ਉਹ ਤਾਂ ਐਵੇਂ ਉਹ ਫੁੱਦੂ ਕਿਸਾਨਾਂ ਵਾਲੀ ਗੱਲ ਝਾੜ ਵਾਲਾ ਨਹੀਂ ਮਸਲਾ ਹੁੰਦਾ ਗਾ ਝਾੜ ਦਾ ਪੰਜ ਚਾਰ ਮਣ ਇੱਧਰ ਹੀ ਹੁੰਦੇ ਰਹਿੰਦੇ ਆ ਹੁਣ ਦੇਖੋ ਪਿਛਲੀ ਵਾਰਾਂ ਲੋਕਾਂ ਦੇ ਝੋਨੇ 60 ਮਣ ਝੜ ਗਏ ਉਦੋਂ ਕਿਸਾਨੀ ਕਿੱਥੇ ਗਈ ਸੀ ਇਹ ਜਿਹੜਾ ਕਿਸਾਨ ਹੈ ਨਾ ਇਹਨੂੰ ਸਬਰ ਨਹੀਂ ਗਾ ਜੇ ਤਾਂ 80 ਝੜ ਗਿਆ ਤਾਂ 85 ਤੇ ਹੋ ਜਾਂਦਾ ਜੇ 85 ਝੜ ਗਿਆ ਤਾਂ 90 ਤੇ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਕਿੰਗ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਗੱਲ ਕਰਦੇ ਹਾਂ ਸਿੱਧੀ ਬਿਜਾਈ ਬਾਰੇ ਜਿਹੜੀ ਸਿੱਧੀ ਬਿਜਾਈ ਇਸ ਵਾਰ ਆਪਾਂ ਕੀਤੀ ਸੀਗੀ ਔਰ ਕਾਫੀ ਏਰੀਏ ਦੇ ਵਿੱਚ ਕਾਫੀ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਸੀ ਉਹਦਾ ਕੀ ਝਾੜ ਰਿਹਾ ਹੈ ਕੀ ਉਹ ਕਾਮਯਾਬ ਹੋਈ ਹੈ ਜਾਂ ਉਹ ਨਹੀਂ ਕਾਮਯਾਬ ਸਿੱਧੀ ਬਿਜਾਈ ਦਾ ਔਸਤ ਐਵਰੇਜ ਜਿਹੜਾ ਝਾੜ ਇਸ ਵਕਤ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਏਰੀਏ ਦੇ ਵਿੱਚ ਰਿਹਾ ਉਹ ਇਹਦਾ ਐਵਰੇਜ ਝਾੜ 75 ਮਣ ਦਾ ਰਿਹਾ ਕਿਉਂਕਿ ਕੁਛ ਝੋਨਾ ਜਿਹੜਾ 80-82 ਮਣ ਵੀ ਤੋਲ ਚੁੱਕਿਆ ਕਿਸਾਨ ਜੇ ਕਿਸੇ ਦੇ 82-83 ਮਣ 80 ਮਣ ਹੋਇਆ ਤਾਂ ਕਿਸੇ ਦੇ 70 ਮਣ ਹੋਇਆ ਸੋ 75 ਮਣ ਇਹਦਾ ਐਵਰੇਜ ਝਾੜ ਹੈ ਸੋ ਆਪਾਂ ਗੱਲ ਕਰਾਂਗੇ ਕਿਸਾਨਾਂ ਦੇ ਨਾਲ ਵੀ ਕਿ ਤੁਹਾਡਾ ਜਿਹੜਾ ਇਹ ਝਾੜ ਕਿਵੇਂ ਰਿਹਾ ਉਹਨੂੰ ਗੱਲਬਾਤ ਵੀਡੀਓ ਦੇ ਵਿੱਚ ਸੁਣਾਵਾਂਗੇ ਅਤੇ ਕੀ ਇਹਦੇ ਬਾਰੇ ਕਿਸਾਨਾਂ ਦਾ ਕਹਿਣਾ ਹਾਂਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਵੀਰਾਂ ਨੇ ਸਿੱਧੀ ਬਿਜਾਈ ਕੀਤੀ ਸੀ ਝੋਨੇ ਦੀ ਹਾਂਜੀ ਬਾਈ ਜੀ ਆਪਾਂ ਇਸ ਵਾਰ ਸਿੱਧੀ ਬਿਜਾਈ ਕੀ ਔਰ ਕੀ ਤੁਹਾਡਾ ਝਾੜ ਰਿਹਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਤੇ ਝਾੜ ਤਾਂ ਜਿਹੜਾ ਇਹਦਾ ਸਿਸਟਮ ਹੈ ਜਿਵੇਂ ਕੁਛ ਗਲਤੀਆਂ ਰਹਿੰਦੀਆਂ ਹੈ ਜਾਂ ਜਿਵੇਂ ਆਪਾਂ ਪਹਿਲੀ ਵਾਰ ਬੀਜਿਆ ਸੀਗਾ ਵੈਸੇ ਠੀਕ ਸੀਗਾ ਥੋੜ੍ਹੀ ਜਿਹੀ ਇੱਕ ਤਾਂ ਗਿਰਲਾ ਰਹਿਣੇ ਕਰਕੇ ਜਿਹੜਾ ਆਪਣੇ ਕੋਲ ਪੀਲਾ ਹੁੱਸਾ ਸੀਗਾ ਇਹ ਥੋੜ੍ਹਾ ਗਿੱਠਾ ਵੀ ਅਸੀਂ ਬੀਜਿਆ ਸੀ 13 ਤਰੀਕ ਨੂੰ ਬਿਆਨ ਕਰਤੀ ਸੀ 13 ਮਈ ਨੂੰ ਬਿਆਨ ਕਰੀ ਅਤੇ ਪਿੱਛੇ ਜਦੋਂ ਝੋਨੇ ਦਾ ਨਸਾਰਾ ਹੁੰਦਾ ਸੀਗਾ ਉਦੋਂ 2-3 ਬਾਰਿਸ਼ਾਂ ਉਹਦੇ ਉੱਤੇ ਪਈਆਂ ਉਹਦੇ ਕਰਕੇ ਸਾਡਾ ਉਹਦਾ ਝਾੜ ਰਹਿ ਗਿਆ 65 ਮਣ ਜਿਹੜਾ ਗਿੱਤ ਆਉਣ ਕਰਕੇ ਇਹਦਾ ਨੁਕਸਾਨ ਹੁੰਦਾ ਹਾਂ ਗਿੱਤੇ ਦਾ ਥੋੜ੍ਹਾ ਜਿਹਾ ਨੁਕਸਾਨ ਹੈ ਦੂਸਰਾ ਆਪਣੇ ਕੋਲ ਸੀਗਾ ਜੀ 212 ਇਹ 6 ਕਿੱਲੇ ਇਹ ਸੀਗਾ ਅਤੇ 11 ਕਿੱਲੇ ਆਪਣੇ ਕੋਲ 212 ਸੀਗਾ ਉਹ ਲੱਗਿਆ ਸੀਗਾ 2-3 ਤਰੀਕ ਦੇ ਨੇੜੇ 1-2 ਤਰੀਕ ਦੇ ਨੇੜੇ ਜਦੋਂ ਬਾਰਿਸ਼ ਹਾਂ ਉਹ ਕਰੰਡ ਦੇ ਵਿੱਚੋਂ ਨਿਕਲ ਚੱਲੇ ਸੀਗੇ ਉਸ ਟਾਈਮ ਲੱਗਿਆ ਸੀਗਾ ਅਤੇ ਉਹਦਾ ਝਾੜ ਬਹੁਤ ਵਧੀਆ ਰਿਹਾ ਅਤੇ ਤਕਰੀਬਨ ਆਪਣੀ 17 ਕਿੱਲੇ 17.5 ਕਿੱਲਿਆਂ 'ਚੋਂ ਔਸਤ ਤਕਰੀਬਨ 70 ਮਣ ਦੀ ਔਸਤ ਦੇਖੋ ਇਸ ਵਾਰ ਆਪਾਂ ਗੇਤੇ ਝੋਨੇ ਜਿਹੜੇ ਲੇਬਰ ਵਾਲੇ ਝੋਨੇ ਵੀ ਬਹੁਤ ਇਸੇ 'ਚ ਰਹੇ ਆ 70 ਮਣ 'ਚ ਫਿਰ ਤਾਂ ਇਹਦੇ ਕੋਈ ਫਰਕ ਨਹੀਂ ਲੇਬਰ ਵਾਲੇ ਝੋਨੇ ਜਿਵੇਂ ਕਈ ਵੀਰਾਂ ਦੇ 80 ਮਣ ਵੀ ਨਿਕਲੇ ਆ ਜਾਂ ਕਈਆਂ ਦੇ ਮੰਨ ਲਓ ਵੀ 70-75 ਦੇ ਵਿੱਚ ਵੀ ਰਹੇ ਆ ਉਹ ਤਾਂ ਡੋਲੀ ਖੇਤਾਂ ਦੇ ਪਾਣੀ ਦੇ ਹਿਸਾਬ ਨਾਲ ਡਿਪੈਂਡ ਕਰਦੇ ਨਾ ਅਤੇ ਹੁਣ ਕਈ ਵੀਰਾਂ ਦਾ ਹੁਣ ਜਗਸੀਰ ਮਦੀਰ ਆਪਣੇ ਨਾਲ ਮੁੰਡਾ ਅਤੇ ਉਹਦਾ ਝੋਨਾ DSR ਨਾਲ ਆਪਣੀ ਮਸ਼ੀਨ ਨਾਲ ਬੀਜਿਆ ਸੀ ਆਪਾਂ ਬੀਜਿਆ ਸੀਗਾ ਇਹ ਪਾਣੀ ਉਹਦਾ ਝੋਨਾ 75 ਮਣ ਦੀ ਉਹਦੀ ਔਸਤ ਪਈ ਹੈ 212 ਉਹਦੇ ਕੋਲ 2 ਕਿੱਲੇ ਝੋਨਾ ਸੀਗਾ ਠੀਕ ਹੈ ਇਸ ਤਰ੍ਹਾਂ ਨਾ ਜਿਹੜੇ ਵਾਹਣ ਦੇ ਵਿੱਚ ਜ਼ਿਆਦਾ ਹੋਣਾ ਉਹ ਅਸੀਂ ਕਈ ਕਿੱਲੇ ਨਰਮ ਰਹੇ ਨੇ ਕਿ ਚੰਗੇ ਰਹਿ ਜਾਂਦੇ ਉਹ ਹਿਸਾਬ ਨਾਲ ਬਾਕੀ ਤੁਹਾਡਾ ਤਜਰਬਾ ਇਹ ਵੀ ਹੋਣਾ ਜਿਹੜਾ ਆਪਾਂ ਜ਼ਿਆਦਾ ਗੇਤਾ ਲਾਵਾਂਗੇ ਉਹਦਾ ਝਾੜ ਹਮੇਸ਼ਾ ਹੀ ਖੜਦਾ ਹਾਂ ਥੋੜ੍ਹਾ ਜਿਹਾ ਗੇਤੇ 'ਤੇ ਥੋੜ੍ਹਾ ਜਿਹਾ ਪਰਹੇਜ਼ ਕਰਿਆ ਜਾਵੇ ਜੇ ਅੱਗੇ ਤੋਂ ਲਾਉਣਾ ਹੈ ਬੀਜਣਾ ਹੈ ਇਹ ਬਜਾਨ ਕੋਈ ਮਾੜੀ ਨਹੀਂ ਕਈ ਲੋਕ ਇਹਨੂੰ ਕਹਿੰਦੇ ਆ ਯਾਰ ਇਹ 'ਚ ਮੁਸ਼ਕਲਾਂ ਕੀ ਆਈਆਂ ਤੁਹਾਨੂੰ ਜਿਵੇਂ ਇਹ ਮੁਸ਼ਕਲ ਹੈ ਹੀ ਕੋਈ ਨਹੀਂ ਕੋਈ ਮੁਸ਼ਕਲ ਨਹੀਂ ਕੋਈ ਕੱਖਾਂ ਦੀ ਪ੍ਰੋਬਲਮ ਕਿਉਂ ਆਪਾਂ ਨੂੰ ਕਿੰਨੇ ਸਾਲ ਆਪਣੇ ਝੋਨਾ ਲੱਗਦਿਆਂ ਨੂੰ ਹੋ ਗਿਆ ਵਾਹਣ ਆਪਣੇ ਸਮੇਂ ਵੀ ਆ ਜੇ ਕੋਈ ਮਾੜਾ ਮੋਟਾ ਕੱਖ ਖੋੜਦਾ ਉਹਦੇ ਹੱਥੇ ਨੋਮਨੀ ਗੋਲਡ ਆ ਅਤੇ ਹੋਰ ਇਹਦੇ 'ਚ ਕਰਿਆ ਕੀ ਆ ਰੇਹ ਪਾਈ ਆ 2 ਸਪਰੇਆਂ ਕਰੀਆਂ ਤੇ ਬਾਕੀ ਇਹਦੀ ਜਿਹੜੀ ਪਾਣੀ ਦਾ ਖਰਚਾ ਬਹੁਤ ਘੱਟ ਹੈ ਹੋਪਰੇ ਨੂੰ ਪਿਆ ਨਹੀਂ ਹੋਪਰ ਦੀ ਸ਼ਿਕਾਇਤ ਨਹੀਂ ਆਉਂਦੀ ਬਿਲਕੁਲ ਹੀ ਸ਼ਿਕਾਇਤ ਨਹੀਂ ਹੋਪਰ ਦੀ ਤੇ ਇਹਦੇ ਤੁਸੀਂ ਕੀ ਸੁਝਾਅ ਤੁਹਾਨੂੰ ਲੱਗਦਾ ਵੀ ਸਿੱਧੀ ਬਿਜਾਈ ਕਾਮਯਾਬ ਹੈ ਜਾਂ ਕੋਈ ਬਿਲਕੁਲ ਕਾਮਯਾਬ ਹੈ ਜੇ ਆਪਾਂ ਜਦੋਂ ਬਿਲਕੁਲ ਕਾਮਯਾਬ ਹੈ ਇਹ 'ਚ ਕੀ ਹੁੰਦਾ ਕਿ ਜਦੋਂ ਵਾਹੁਣਾ ਹੁੰਦਾ ਉਹ ਕੱਦੂ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਵਾਹੁਣਾ ਹੀ ਹੁੰਦਾ 2-3 ਵਾਰ ਆਪਾਂ ਵਾਹਣ ਵਾਹ ਦਿੰਦੇ ਹਾਂ ਲਾ ਕੇ ਪਾਣੀ ਉਸੇ ਤਰ੍ਹਾਂ ਪਾਣੀ ਲਾ ਕੇ ਆਪਾਂ ਇਹਨੂੰ ਬੀਜ ਦਿੱਤਾ ਬੀਜਣ ਤੋਂ ਬਾਅਦ ਆਪਾਂ ਕਰਿਆ ਕੀ ਹੈ 21 ਦਿਨਾਂ ਬਾਅਦ ਆਪਾਂ ਇਹਨੂੰ ਪਾਣੀ ਲਾਇਆ ਉਹ ਤੋਂ ਬਾਅਦ 7-7 ਦਿਨਾਂ ਬਾਅਦ ਇਹਨੂੰ ਪਾਣੀ ਲਾਇਆ ਰੇ ਉਹੀ ਰੇ ਪਾਈ ਆ ਉਹੀ ਵਾਹੁਣ ਵਾਲੇ ਖਰਚੇ 'ਚ ਇਹ ਬੀਜਿਆ ਜਾਂਦਾ ਹਾਂ ਵਾਹੁਣ ਵਾਹੁਣ ਵਾਲੇ ਖਰਚੇ 'ਚ ਇਹ ਬੀਜਿਆ ਜਾਂਦਾ ਬੀਜਣ ਦੇ ਕਿੰਨਾ ਕੁ 200 ਕੱਦੂ ਦਾ ਅਤੇ ਲੇਬਰ ਦਾ ਜਿਹੜਾ ਖਰਚਾ ਸਾਰਾ ਬਚਦਾ ਉਹ ਬਚਦਾ 50-55 ਹਜ਼ਾਰ ਰੁਪਇਆ ਲੇਬਰ ਬਣ ਜਾਂਦੀ ਹੈ ਅਤੇ 50-55 ਹਜ਼ਾਰ ਦਾ ਸਾਰਾ ਖਰਚਾ ਹੋ ਜਾਂਦਾ ਅਤੇ 50-55 ਹਜ਼ਾਰ ਦਾ ਝੋਨਾ ਵੀ ਨਹੀਂ ਘੱਟਦਾ ਉਹ ਤਾਂ ਹਾਂ ਇਹ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਅਪਣਾਓ ਹੌਲੀ ਹੌਲੀ ਇਹਨੂੰ ਅੱਗੇ ਚੱਲੂਗਾ ਅਪਣਾਵਾਂਗੇ ਆਪਾਂ ਇਹਨੂੰ ਬਾਕੀ ਇਹ ਵੀ ਗਲਤੀਆਂ ਰਹੀਆਂ ਉਹਨਾਂ ਨੂੰ ਅਗਲੇ ਵਾਰੀ ਸੁਧਾਰਾਂਗੇ ਜਿਵੇਂ ਗੇਤਾ ਹੋ ਗਿਆ ਉਹਨੂੰ ਥੋੜ੍ਹਾ ਪਛੇਤਾ ਕਰਕੇ ਦੇਖੋ ਕੋਈ ਵਰਾਇਟੀ ਬਦਲ ਕੇ ਵੇਖੋ ਪਾਣੀ ਦੇ ਹਿਸਾਬ ਨਾਲ ਦੇਖਾਂਗੇ ਜਿਵੇਂ ਪੀਲਾ ਫੂਸਾ ਲੰਮੇ ਸਮੇਂ ਵਾਲਾ ਜੇਕਰ ਆਪਣੇ ਕੋਲ ਕੱਸੀ ਦਾ ਪਾਣੀ ਜ਼ਿਆਦਾ ਤਦਾਦ 'ਚ ਹੈਗਾ ਤਾਂ ਪੀਲੇ ਫੂਸੇ ਨੂੰ ਬਿਜਾਈ ਵਾਲੇ ਪਾਸੇ ਲਿਆਓ ਜੇ ਨਹੀਂ
ਤਾਂ ਜਿਹੜੀਆਂ ਹੋਰ ਵਰਾਇਟੀਆਂ ਆਉਂਦੀਆਂ 25 ਆਉਂਦੀ ਹੈ, ਦੂਜੀਆਂ ਹੋਰ 24 ਆਉਂਦੀ ਹੈ, 212 ਆਉਂਦੀ ਹੈ, 126 ਆਉਂਦਾ ਹੈ, ਉਸ ਹਿਸਾਬ ਨਾਲ ਬੀਜੋ ਉਹਨੂੰ। ਠੀਕ ਹੈ ਜੀ। ਜਿਹੜੇ ਹਿਸਾਬ ਨਾਲ ਆਪਦਾ ਵਾਹਨ ਵਾਹਨ ਦੇ ਹਿਸਾਬ ਨਾਲ ਚੱਲਣ ਲੱਗੇ ਨਾ, ਆਪਣਾ ਵਾਹਨ ਕਿਵੇਂ ਹੈਗਾ, ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਰੇ ਵਾਹਨਾਂ 'ਚ ਪੀਲਾ ਫੂਸਾ ਜਾਂ ਸਾਰੇ ਵਾਹਨਾਂ 'ਚ ਦੋਸ਼। ਜਿਹੜੇ ਕਿਸਾਨ ਇਸ ਗੱਲ ਨੂੰ ਨੈਗੇਟਿਵ ਸੋਚ ਲੈ ਰਹੇ ਆ ਕਿ ਜਿਹੜੀ ਸਿੱਧੀ ਬਾਈ ਕੋਈ ਕਾਮਯਾਬ ਨਹੀਂ, ਵੈਸੇ ਕਈ ਕਹਿੰਦੇ ਹੁੰਦੇ ਸੀ ਇਹਨੂੰ ਮੁੰਜਰਾ ਨਹੀਂ ਲੱਗਣੇ, ਵੈਸੇ ਖੜਾ ਰਹੂਗਾ, ਇਹ ਜਿਹੜੇ ਨੈਗੇਟਿਵ ਸੋਚ ਵਾਲੇ ਕਿਸਾਨਾਂ ਨੂੰ ਤੁਸੀਂ ਕੀ ਕਹੋਗੇ ਵੀ ਨਵੀਂ ਖੇਤੀ ਆਪਾਂ ਨੂੰ ਜਿਹੜੇ ਤਰੀਕੇ ਆਪਾਂ ਨੂੰ ਅਪਣਾਉਣੇ ਚਾਹੀਦੇ ਨੌਜਵਾਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ? ਉਹ ਤਾਂ ਫੁੱਦੂ ਕਿਸਾਨ ਆ, ਉਹਨਾਂ ਨੂੰ ਕਿਸਾਨੀ ਨਹੀਂ ਕਿਹਾ ਜਾ ਸਕਦਾ। ਕਈ ਵੀਰਾਂ ਨੇ ਅਸੀਂ ਜਦੋਂ ਬੀਜਿਆ ਉਹਨਾਂ ਨੇ ਕਿਹਾ ਯਾਰ ਇਹਨੂੰ ਤਾਂ ਮੁੰਜਰੇ ਨਹੀਂ ਲੱਗਣੀਆਂ, ਉਹਨਾਂ ਦੀ ਇਹ ਸੋਚ ਵੀ ਸੀ। 80 ਮਣ ਵੀ ਆਪਣੇ ਝੋਨੇ ਝੜਦੇ ਰਹੇ ਆ, 80-85 ਮਣ ਵੀ ਇੱਥੋਂ ਹੁੰਦੇ ਰਹੇ। ਜੇਕਰ ਆਪਾਂ ਆਖੀਏ ਵੀ ਆਪਣਾ ਕਈ ਵਾਰਾਂ ਨਵੀਂ ਜਦੋਂ ਤਕਨੀਕ ਆਉਂਦੀ ਹੈ, ਨਵੀਂ ਆਪਾਂ ਅਗਾਂਹ ਵੱਧਦੇ ਹਾਂ ਤਾਂ ਕੁਛ ਨਾ ਕੁਛ ਮੁਸ਼ਕਲਾਂ ਜ਼ਰੂਰ ਹੁੰਦੀਆਂ ਹੈ। ਇਹ ਨਹੀਂ ਵੀ ਜੇ 10 ਜੇ 90 ਮਣ ਵੀ ਝੜਦੇ ਜ਼ਿਮੀਂਦਾਰ ਤਾਂ ਫਿਰ ਵੀ ਨਹੀਂ ਰੱਜਦਾ, ਸੈਟਿਸਫਾਈਡ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ, ਨਹੀਂ ਹੋ ਸਕਦਾ। ਇਹ ਤਾਂ ਆਪਣੀ ਤ੍ਰਿਸ਼ਨਾ ਹੀ ਵੱਧਦੀ ਜਾਂਦੀ ਹੈ ਕਿ ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਨਹੀਂ, ਜੋ ਇਹ ਹੈਗਾ ਪਾਣੀ ਵੀ ਆਪਾਂ ਪੰਜਾਬ ਦਾ ਪਾਣੀ ਵੀ ਬਚਾਉਣਾ, ਖਰਚੇ ਵੀ ਘੱਟ ਕਰਨੇ ਆ। ਪਾਣੀ ਹਫ਼ਤੇ ਤੋਂ ਪਾਣੀ ਲੱਗਦਾ, ਕੋਈ ਕੱਖਾਂ ਦੀ ਪ੍ਰੋਬਲਮ ਨਹੀਂ, ਕਣਕ ਬਣ ਜਾਂਦੀ ਹੈ। ਤੇ ਤੁਸੀਂ ਕਣਕ ਦਾ ਵੀ ਪਹਿਲਾਂ ਆਪਣੀ ਸਿੱਧੀ ਬਿਆਈ ਦਾ ਤੁਸੀਂ ਸਾਖੇ ਦੇਖੇ ਤਿਆਰ ਕਰ? ਅਸੀਂ ਜੀਰੋ ਡਰਿੱਲ ਨਾਲ 2 ਸਾਲ ਬੀਜਦੇ ਰਹੇ ਹਾਂ, ਕੋਈ ਸਾਨੂੰ ਦਿੱਕਤ ਨਹੀਂ ਆਏਗੀ। ਫਿਰ ਸਾਨੂੰ ਦੇਖ ਕੇ ਸਾਡੇ ਆਂਢ ਗੁਆਂਢ ਵੀਰਾਂ ਨੇ ਬੀਜਿਆ, ਸਾਡਿਆਂ ਨੇ, ਉਹਨਾਂ ਨੇ ਵੀ ਬਹੁਤ ਵਧੀਆ ਰਿਸਪੋਂਸ ਰਿਹਾ। ਐਤਕੀ ਤਕਰੀਬਨ 10-12 ਕਿੱਲੇ ਅਸੀਂ ਫਿਰ ਜੀਰੋ ਡਰਿੱਲ ਨਾਲ ਬੀਜਦੇ ਹਾਂ। ਆਹ ਜਿਹੜੇ ਆਪਾਂ ਦੂਜੋਂ ਬੀਜੀ ਜਾਂਦੇ ਹਾਂ, ਇਹ ਤੁਹਾਡੇ ਜਾਏ ਵੀ ਖੁਸ਼ਕ ਹੋ ਗਈ ਰਹਾਉਣੀ, ਅਤੇ ਉਸ ਕਾਰਨ ਇਹਨੂੰ ਵਾਹ ਕੇ ਬੀਜਤਾ। ਅਤੇ ਜੀਰੋ ਡਰਿੱਲ ਵੀ ਕੋਈ ਮਾੜੀ ਗੱਲ ਨਹੀਂ, ਝਾੜ ਤਾਂ ਥੋੜ੍ਹੇ ਜਿਹੇ ਕੁਦਰਤ ਤੇ ਵੀ ਡਿਪੈਂਡ ਕਰਦੇ ਆ, ਧੁੱਪ ਹੁੰਦਾ ਗਾ ਵੀ ਵੱਧ ਝੜ ਗਿਆ ਜਾਂ ਘੱਟ ਝੜ ਗਿਆ, ਠੀਕ ਹੈ, ਕੋਈ ਮਸਲਾ ਹੁੰਦਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਸੋ ਵੀਡੀਓ ਨੂੰ ਆਪਣਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੈਨਲ ਨੂੰ, ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿੰਗ ਪੰਜਾਬੀ ਚੈਨਲ ਨੂੰ ਤੁਸੀਂ ਯੂਟਿਊਬ 'ਤੇ ਸਰਚ ਕਰ ਸਕਦੇ ਹੋ, ਜੇ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।